ਸਾਡੇ ਨਾਲ ਫੋਨ ਲਾਈਨ ਤੇ ਪੰਜਾਬੀ ਆਰਟਿਸਟ ਦਰਸ਼ਨ ਸਿੰਘ ਔਲਖ ਜੁੜੇ ਹੋਏ ਨੇ ਤੇ ਅੱਜ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ, ਬਹੁਤ ਸਾਰੀਆਂ ਖੁਸ਼ੀਆਂ ਆਈਆਂ, ਬੱਚੇ ਨੇ ਜਨਮ ਲਿਆ ਤੇ ਇਸ ਬਾਰੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਔਲਖ ਸਾਹਿਬ, ਕਿਵੇਂ ਦਾ ਲੱਗਿਆ ਤੁਹਾਨੂੰ ਇਹ ਖਬਰ ਜਦੋਂ ਤੁਸੀਂ ਦੇਖੀ, ਜਦੋਂ ਪਤਾ ਲੱਗਿਆ, ਕੀ ਰਿਐਕਸ਼ਨ ਸੀ ਉਸ ਵੇਲੇ? ਸਭ ਤੋਂ ਪਹਿਲਾਂ ਤਾਂ ਮੈਂ ਬਾਬੂ ਸ਼ਾਹੀ ਦਾ ਤੇ ਸਿੱਧੂ ਸਾਹਿਬ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਮੇਰੇ ਨਾਲ ਖਬਰ ਸਾਂਝੀ ਕਰ ਰਹੇ ਹੋ ਤੇ ਮੇਰੇ ਦਿਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਿਆ ਵੀ ਬਹੁਤ ਮਤਲਬ ਉਸ ਵਾਹਿਗੁਰੂ ਦਾ ਭਾਣਾ ਵਰਤਿਆ, ਬਹੁਤ ਵੱਡੀ ਗੱਲਬਾਤ ਹੋਈ ਹੈ, ਕਿਉਂਕਿ ਮੈਂ ਤਾਂ ਸਮਝਦਾ ਸਿੱਧੂ ਹੀ ਵਾਪਸ ਆ ਗਿਆ ਇੱਕ ਤਰ੍ਹਾਂ ਦਾ, ਹਨਾ, ਕਿਉਂਕਿ ਪਰਿਵਾਰ ਟੁੱਟ ਚੁੱਕਾ ਸੀ ਬਹੁਤ ਬੁਰੀ ਤਰ੍ਹਾਂ ਤੇ ਜਿਹੜਾ ਘਾਟਾ ਤਾਂ ਸਿੱਧੂ ਤਾਂ ਪੂਰਾ ਕਦੇ ਨਹੀਂ ਹੋ ਸਕਦਾ, ਪਰ ਉਹਨਾਂ ਦੇ ਪਰਿਵਾਰ ਲਈ ਇਹ ਬਹੁਤ ਵੱਡੀ ਖੁਸ਼ੀ ਹੈ, ਉਹਨਾਂ ਦੇ ਚਾਹੁਣ ਵਾਲਿਆਂ ਲਈ ਬਹੁਤ ਵੱਡੀ ਖੁਸ਼ੀ ਹੈ, ਸਾਡੇ ਕਲਾਕਾਰਾਂ ਲਈ ਬਹੁਤ ਵੱਡੀ ਖੁਸ਼ੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਜਿਉਣਾ ਹੁਣ ਸਫਲ ਹੋ ਜਾਊਗਾ, ਨਹੀਂ ਤਾਂ ਉਹਨਾਂ ਲਈ ਜ਼ਿੰਦਗੀ ਬਹੁਤ ਔਖੀ ਲੱਗ ਰਹੀ ਸੀ। ਤੇ ਮੈਂ ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਨੂੰ, ਮਾਤਾ ਚਰਨ ਕੌਰ ਜੀ ਨੂੰ, ਭਾਈ ਫਾਦਰ ਸਾਹਿਬ ਨੂੰ ਦਿਲੋਂ ਵਧਾਈ ਦਿੰਦਾ ਤੇ ਉਹਦੇ ਚਾਹੁਣ ਵਾਲਿਆਂ ਨੂੰ ਵੀ ਇਸ ਖੁਸ਼ੀ ਨਾਲ ਵਧਾਈ ਦਿੰਦਾ ਵੀ ਬਹੁਤ ਵੱਡਾ ਉਸ ਪਰਮਾਤਮਾ ਨੇ ਇਸ ਪਰਿਵਾਰ ਦੇ ਉੱਤੇ ਰਹਿਮਤ ਕੀਤੀ ਹੈ ਤੇ ਦਿਲੋਂ ਮਤਲਬ ਸਤਿਕਾਰ ਵੀ ਹੈ। ਸਿੱਧੂ ਦਾ ਨਾਲ ਬਹੁਤ ਦਿਲੋਂ ਮੇਰਾ ਬੱਚਾ ਸੀ ਆਪਣਾ ਇੱਕ ਤਰ੍ਹਾਂ ਦਾ, ਉਹਦਾ ਮੇਰਾ ਬਹੁਤ ਰਿਗਾਰਡ ਕਰਦਾ ਸੀ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੈਂ ਆਪਣੇ ਜਿਹੜਾ ਸਾਡਾ ਸਿਨੇ ਜਗਤ ਹੈ ਉਹਦੇ ਵੱਲੋਂ ਵੀ ਸਾਰਿਆਂ ਨਾਲ ਵਧਾਈ ਸਾਂਝੀ ਕਰਦਾ। ਅੱਛਾ, ਕੀ ਆਸ ਕਰਦੇ ਹੋ ਤੁਸੀਂ ਇਸ ਬੱਚੇ ਤੋਂ, ਕੀ ਕੁਛ ਕਰਨਾ ਚਾਹੀਦਾ, ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਲੱਗਦਾ ਹੈ, ਉਮੀਦਾਂ ਨੇ ਕਿ ਇਹ ਬੱਚਾ ਜਿਹੜਾ ਹੈਗਾ ਉਹ ਮਾਪਿਆਂ ਦਾ ਨਾਮ ਵੀ ਰੋਸ਼ਨ ਕਰੂਗਾ ਤੇ ਜਿਵੇਂ ਇੰਨੇ ਹਜ਼ਾਰਾਂ ਕਰੋੜਾਂ ਲੋਕਾਂ ਦੀਆਂ ਨਿਗਾਹਾਂ ਹੋਣਗੀਆਂ ਇਸ ਬੱਚੇ ਤੇ, ਕੀ ਅਪੇਕਸ਼ਾ ਕਰਦੇ ਹੋ? ਦੇਖੋ, ਹਰ ਬੰਦਾ ਆਪਣੇ ਕਰਮ ਲੈ ਕੇ ਪੈਦਾ ਹੁੰਦਾ ਇਸ ਧਰਤੀ ਦੇ ਉੱਤੇ, ਸਿੱਧੂ ਦੇ ਆਪਣੇ ਕਰਮ ਲੈ ਕੇ ਪੈਦਾ ਹੋਇਆ ਸੀ ਔਰ ਇਹ ਮੈਨੂੰ ਲੱਗਦਾ ਵੀ ਇਹ ਜਿਹੜਾ ਬੱਚਾ ਇਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਬਣੂਗਾ, ਕਿਉਂਕਿ ਇਹਦਾ ਜਿਹੜਾ ਸਿੱਧੂ ਦਾ ਜਿਹੜਾ ਹੈਗਾ ਪਾਲਣ ਪੋਸ਼ਣ ਜਿਹੜਾ ਹੈਗਾ ਔਰ ਸਿੱਧੂ ਦੇ ਨਾਲ ਜੋ ਭਾਣਾ ਵਰਤਿਆ ਉਹਦੀਆਂ ਜੇ ਉਸ ਪਰਿਵਾਰ ਦੇ ਵਿੱਚ ਜੋ ਕੁਛ ਉਹਨਾਂ ਨੇ ਦੇਖਿਆ ਉਹ ਇਹਨੂੰ ਹੋਰ ਵਧੀਆ ਪਾਲਣ ਪੋਸ਼ਣ ਦੇ ਕੇ ਮੈਨੂੰ ਲੱਗਦਾ ਇਹਨੂੰ ਬਹੁਤ ਵੱਡਾ ਸਟਾਰ ਬਣਾਉਣਗੇ ਜਾਂ ਜਿਹੜੇ ਕੰਮ ਚ ਵੀ ਜਾਊਗਾ ਕੱਲ ਨੂੰ, ਹਨਾ, ਉਹਦੇ ਵਿੱਚ ਮੈਨੂੰ ਲੱਗਦਾ ਬਹੁਤ ਵੱਡੀ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਪਤੀ ਹੋਊਗੀ ਇਹਨਾਂ ਦੇ ਪਰਿਵਾਰ ਦੀ, ਕਿਉਂਕਿ ਰੱਬ ਜੇ ਇੱਕ ਹੱਥ ਖੋਹਦਾ ਤੇ ਇੱਕ ਹੱਥ ਦਿੰਦਾ ਵੀ ਜ਼ਰੂਰ ਹੈ ਤੇ ਉਸ ਕੁਦਰਤ ਦਾ ਅਸੂਲ ਵੀ ਹੈ ਜੀ, ਤੇ ਮੈਨੂੰ ਲੱਗਦਾ ਆਉਣ ਵਾਲਾ ਟਾਈਮ ਇਹਨਾਂ ਦੇ ਪਰਿਵਾਰ ਲਈ ਫਿਰ ਵਧੀਆ ਹੋਊਗਾ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਤਾਂ ਜਿਹੜੀ ਤੁਸੀਂ ਵੀ ਸਾਂਝੀ ਕੀਤੀ ਹੈ, ਬਹੁਤ ਚੰਗਾ ਲੱਗਿਆ ਜੀ। ਜੀ, ਬਹੁਤ ਬਹੁਤ ਧੰਨਵਾਦ ਔਲਖ ਸਾਹਿਬ। ਹਾਂ, ਤੁਹਾਡਾ ਜੀ ਦਿਲੋਂ ਧੰਨਵਾਦ, ਥੈਂਕ ਯੂ ਸੋ ਮਚ।